चंडीगढ़ दे विरोध कर रहे हैं विरुद्ध प्रस्ताव ਤੁਸੀਂ ਕੀ ਕੀਤਾ 5 ਸਾਲ ਚ ਸਾਡੇ 4 ਸਾਲ ਤਾਂ ਸਿਸਮਾ ਵਾਲੇ ਮਹਿਲ ਦੇ ਤੁਸੀਂ ਦਰਵਾਜ਼ੇ ਨਹੀਂ ਖੋਲੇ ਸਾਡੇ 4 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾ ਵਾਲੇ ਮਹਿਲ ਦੇ ਕੀ ਲਾਗੂ ਕਰਕੇ ਹੋ ਬੀਜੇਪੀ ਵਾਲੇ ਕੀ ਲਾਗੂ ਕਰਕੇ ਉਹਨੇ ਵਿਰੋਧ ਕੀਤਾ ਸਿੱਧਾ ਜਾਂਦੇ ਸੀਗੇ ਐਚਐਮ ਕੋਲੇ ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ ਹਾਂ ਥੋੜਾ ਜਿਹਾ ਔਖਾ ਹੁੰਦਾ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ ਔਖਾ ਹੁੰਦਾ ਪਰ ਬਹਿ ਜਾਓ 7 ਸਾਲ ਮੈਂ ਪਾਰਲੀਮੈਂਟ ਚ ਰਿਹਾ ਮੈਂ ਬਹੁਤ ਬਿਠਾਏ ਨੇ ਪਾਣੀਆਂ ਦੀ ਗੱਲ ਸੀ ਹਰੇਕ ਇਸ਼ੂ ਨੂੰ ਹਰੇਕ ਮਸਲੇ ਨੂੰ ਚਾਹੇ ਕੋਈ ਵੀ ਮਾਮਲਾ ਪੰਜਾਬ ਦਾ ਆਉਂਦਾ ਸੀਗਾ ਸਾਰੇ ਮੈਂਬਰ ਪਾਰਲੀਮੈਂਟ ਲਗਭਗ 20 ਮੈਂਬਰ ਪਾਰਲੀਮੈਂਟ ਚੁਣ ਕੇ ਦੇਸ਼ ਦੀ ਪਾਰਲੀਮੈਂਟ ਜਾਂਦੇ ਨੇਗੇ 7 ਰਾਜ ਸਭਾ ਤੋਂ 13 ਲੋਕ ਸਭਾ ਤੋਂ ਔਰ 19 ਮੈਂਬਰ ਪਾਰਲੀਮੈਂਟ ਮੈਂ ਸਮਝਦਾ ਚੁੱਪ ਕਰਕੇ ਬੈਠੇ ਹੁੰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਕੱਲੇ ਦੇਸ਼ ਦੇ ਬਾਜਵਾ ਜੀ ਸਪੀਕਰ ਸਾਹਿਬ ਬਾਜਵਾ ਤੁਹਾਨੂੰ ਮੌਕਾ ਦਿੱਤਾ ਕੇਅਰ ਨੂੰ ਐਡਰੈਸ ਕਰੋ ਜੀ ਸਪੀਕਰ ਸਾਹਿਬ ਤਿੰਨ ਕਾਲੇ ਕਾਨੂੰਨ ਬਣਾ ਕੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਹਮਲਾ ਬੋਲਿਆ ਪੰਜਾਬ ਦੇ ਰਾਜ ਸਰਕਾਰ ਵੀ ਕੇਅਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਹੜਾ ਵਿਸ਼ਾ ਸਟੇਟ ਦਾ ਸੀਗਾ ਜਿਸ ਵਿਸ਼ੇ ਦੇ ਉੱਤੇ ਸਟੇਟ ਨੇ ਕਾਨੂੰਨ ਬਣਾਉਣਾ ਸੀਗਾ ਉਸ ਵਿਸ਼ੇ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਕਾਨੂੰਨ ਬਣਾਇਆ ਬਿਲਕੁਲ ਉਸ ਵਿਸ਼ੇ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਕਾਨੂੰਨ ਬਣਾਇਆ ਤੁਸੀਂ ਬਾਜਵਾ ਜੀ ਤੁਹਾਨੂੰ ਖਵਾ ਅਗਲੇ ਸਪੀਕਰ ਤੁਸੀਂ ਹੋ ਬਾਜਵਾ ਜੀ ਤੁਹਾਨੂੰ ਮੌਕਾ ਮਿਲਦਾ ਹੈ ਸਪੀਕਰ ਸਾਹਿਬ ਦੇ ਤਿੰਨ ਕਾਲੇ ਕਾਨੂੰਨ ਅਗਲੇ ਸਪੀਕਰ ਤੁਸੀਂ ਹੋ ਪੰਜਾਬ ਦੇ ਅਗਲੇ ਸਪੀਕਰ ਮਾਰਿਓ ਬਾਜਵਾ ਜੀ ਤੁਸੀਂ ਹੋ 700 ਤੋਂ ਉੱਪਰ ਪੰਜਾਬ ਦਾ ਕਿਸਾਨ ਸ਼ਹੀਦ ਹੋਇਆ ਅਗਲੇ ਸਪੀਕਰ ਬਾਜਵਾ ਸਾਹਿਬ ਦੇ ਇਸ ਅਕਾਲੀ ਦਲ ਦੀ ਬਦੌਲਤ ਤੁਹਾਡਾ ਲੀਡਰ ਕਾਂਗਰਸੀਆਂ ਦੀ ਬਦੌਲਤ ਬਾਜਵਾ ਸਾਹਿਬ ਬੋਲਣਗੇ ਕਾਂਗਰਸ ਦੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਐਫਐਮ ਸਾਹਿਬ ਖੜੇ ਆ ਉਹਨਾਂ ਨੇ ਗੱਲ ਪੂਰੀ ਕਰ ਲੈਣ ਦਿਓ ਤੁਸੀਂ ਗੱਲ ਪੂਰੀ ਤੁਹਾਡਾ ਲੀਡਰ ਆਫ ਆਪੋਜੀਸ਼ਨ ਦੱਸੋ ਕੌਣ ਹੈ ਤੁਹਾਡਾ ਲੀਡਰ ਆਫ ਆਪੋਜੀਸ਼ਨ ਦਿਓ ਸਪੀਕਰ ਸਾਹਿਬ ਇਹਨਾਂ ਨੂੰ ਕਹਿ ਦਿਓ ਆਪਣਾ ਲੀਡਰ ਆਫ ਆਪੋਜੀਸ਼ਨ ਡਿਸਾਈਡ ਕਰ ਲੈਣ ਫਿਰ ਬੋਲ ਲੈਣ ਬਾਜਵਾ ਸਾਹਿਬ ਬਾਜਵਾ ਜੀ ਸਪੀਕਰ ਸਾਹਿਬ ਮਾਨਯੋਗ ਸਪੀਕਰ ਸਾਹਿਬ ਜਦੋਂ ਪੇਂਡੂ ਵਿਕਾਸ ਫੰਡ ਦੀ ਗੱਲ ਆਉਂਦੀ ਆ ਜਦੋਂ ਪੇਂਡੂ ਵਿਕਾਸ ਫੰਡ ਦੀ ਗੱਲ ਆਉਂਦੀ ਆ ਕੇਂਦਰ ਸਰਕਾਰ ਨੇ ਸਾਡਾ ਪੇਂਡੂ ਵਿਕਾਸ ਫੰਡ ਰੋਕ ਲਿਆ ਇੱਕ ਮਿੰਟ ਮੰਤਰੀ ਜੀ ਬੈਠੋ ਬਾਜਵਾ ਜੀ ਬੈਠੋ ਮੰਤਰੀ ਜੀ ਮੈਂ ਹਾਊਸ ਨੂੰ ਬੇਨਤੀ ਕਰਦਾ ਕਿ ਸ਼ਾਂਤੀ ਬਣਾ ਕੇ ਰੱਖੀਏ ਮੰਤਰੀ ਜੀ ਮੈਂ ਹਾਊਸ ਨੂੰ ਬੇਨਤੀ ਕਰਦਾ ਮੈਂ ਹੁਣੇ ਗੱਲ ਕਰ ਤੁਸੀਂ ਬਾਜਵਾ ਸਾਹਿਬ ਤੁਸੀਂ ਪੁਆਇੰਟ ਨੋਟ ਕਰੋ ਤੁਸੀਂ ਜਵਾਬ ਦੇਣਾ ਯੂ ਹੈਵ ਐਂਪਲ ਟਾਈਮ ਬਾਜਵਾ ਜੀ ਤੁਹਾਡੇ ਅਗਲੇ ਸਪੀਕਰ ਤੁਸੀਂ ਹੋ ਅਗਲੇ ਸਪੀਕਰ ਤੁਸੀਂ ਹੋ ਸੀਐਮ ਸਾਹਿਬ ਬਾਜਵਾ ਸਾਹਿਬ ਲੀਡਰ ਆਫ ਹਾਊਸ ਖੜੇ ਆ ਕਿਰਪਾ ਕਰਕੇ ਸਾਰੇ ਸੁਣੋ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ ਉਹਦੇ ਵਿਰੁੱਧ ਪ੍ਰਸਤਾਵ ਤੁਸੀਂ ਕੀ ਕੀਤਾ 5 ਸਾਲ ਚ ਸਾਢੇ 4 ਸਾਲ ਤਾਂ ਸਿਸਮਾ ਵਾਲੇ ਮਹਿਲ ਦੇ ਤੁਸੀਂ ਦਰਵਾਜ਼ੇ ਨਹੀਂ ਖੋਲੇ ਸਾਢੇ 4 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾ ਵਾਲੇ ਮਹਿਲ ਦੇ ਕੀ ਲਾਗੂ ਕਰਕੇ ਹੋ ਬੀਜੇਪੀ ਵਾਲੇ ਕੀ ਲਾਗੂ ਕਰਕੇ ਉਹਨੇ ਵਿਰੋਧ ਕੀਤਾ ਸਿੱਧਾ ਜਾਂਦੇ ਸੀਗੇ ਐਚਐਮ ਕੋਲੇ ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ ਹਾਂ ਥੋੜਾ ਜਿਹਾ ਔਖਾ ਹੁੰਦਾ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ ਔਖਾ ਹੁੰਦਾ ਪਰ ਬਹਿ ਜਾਓ 7 ਸਾਲ ਮੈਂ ਪਾਰਲੀਮੈਂਟ ਚ ਰਿਹਾ ਮੈਂ ਬਹੁਤ ਬਿਠਾਏ ਨੇ ਇੱਦਾਂ ਹਾਂ
ਕੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤਿਆਰ ਰਹਿਣ, ਕੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤਿਆਰ ਰਹਿਣ, ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਤਿਆਰ ਰਹਿਣ ਕੀਮਾ ਸਾਹਿਬ ਤੋਂ ਬਾਅਦ, ਕੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤੁਸੀਂ ਆਪਦੇ ਪੁਆਇੰਟ ਨੋਟ ਕਰ ਲਓ, ਤੁਹਾਡੇ ਕੋਲੇ ਪੂਰਾ ਟਾਈਮ ਹੈ, ਮਾਨਯੋਗ ਸਪੀਕਰ ਸਾਹਿਬ ਪੂਰਾ ਟਾਈਮ ਪੂਰਾ ਉਹ ਜਵਾਬ ਦੇਣਗੇ, ਬੋਲਣਗੇ, ਰਜ਼ਾਵਾ ਬਿਲਕੁਲ ਬੋਲਣਗੇ, ਬਹਿ ਜਾਓ ਆਰਾਮ ਨਾਲ ਤੁਸੀਂ ਬਦਮਾਸ਼ੀ ਹੁਣ ਨੀ ਚੱਲਣੀ ਹੈਗੀ। ਮੈਂ ਪਾਸ਼ਾ ਤੇ ਬਾਜਵਾ ਸਾਹਿਬ ਇਧਰ ਹੁਣ ਚੱਲਣੀ ਹੈਗੀ, ਲੋਕਾਂ ਨੇ ਮੁਕਾਤਾ ਲਾਈਵ ਡੈਕੋਰਮ ਬਣਾ ਕੇ ਰੱਖੋ, ਪੰਜਾਬ ਦੀ ਜਨਤਾ ਸਾਰੇ ਮਾਨਯੋਗ ਮੈਂਬਰਾਂ ਨੂੰ ਦੇਖ ਰਹੀ ਹੈ, ਸੁਣ ਰਹੀ ਹੈ। ਮਾਨਯੋਗ ਸਪੀਕਰ ਸਾਹਿਬ, ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਕੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਮਲਾ ਕੀਤਾ ਗਾ, ਪਰ ਹੋਰ ਕਿਆ ਕਿਹਾ ਵਾ, ਸਾਡੀ ਬਾਂਹ ਮਰੋੜਨ ਦਾ ਪੰਜਾਬ ਦਾ ਮੌਕਾ ਕਿਹਨੇ ਦਿੱਤਾ ਗਾ, ਇਹਨਾਂ ਲੋਕਾਂ ਨੇ ਦਿੱਤਾ ਗਾ, ਸਾਡਾ ਪੰਜਾਬ ਦਾ ਪੇਂਡੂ ਵਿਕਾਸ ਫੰਡ ਇਹਨਾਂ ਨੇ ਮਹਿਸੂਸ ਕੀਤਾ ਗਾ, ਇਹਨਾਂ ਕਾਂਗਰਸੀਆਂ ਨੇ ਮਹਿਸੂਸ ਕੀਤਾ, ਇਹਨਾਂ ਅਕਾਲੀ ਦਲ ਬੀਜੇਪੀ ਨੇ ਮਹਿਸੂਸ ਕੀਤਾ, ਤਾਂ ਕੇਂਦਰ ਸਰਕਾਰ ਨੂੰ ਮੌਕਾ ਮਿਲਿਆ ਕਿ ਸਾਡੀ ਬਾਂਹ ਮਰੋੜੀ ਆ, ਸਾਡਾ ਪੇਂਡੂ ਵਿਕਾਸ ਫੰਡ ਰੋਕਿਆ ਗਿਆ। ਸਰ ਜਿਹੜੀ ਗੱਲ ਰਿਕਾਰਡ ਨਾ ਕੀਤੀ ਜਾਵੇ, ਜੋ ਕਾਨੂੰਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਬਣਾਇਆ ਸੀਗਾ, ਉਸ ਕਾਨੂੰਨ ਨੂੰ ਤੋੜਨ ਦਾ ਯਤਨ ਕੇਂਦਰ ਦੀਆਂ ਸਰਕਾਰਾਂ ਲਗਾਤਾਰ ਕਰਦੀਆਂ ਰਹਿੰਦੀਆਂ ਨੇਗੀਆਂ। ਸੋ ਮੈਂ ਇਸ ਮਤੇ ਦੀ ਪ੍ਰੋੜਤਾ ਕਰਦਾਂਗਾ ਔਰ ਕੇਂਦਰ ਸਰਕਾਰ ਦੇ ਇਹਨਾਂ ਹੁਕਮਾਂ ਦੀ ਜਿਹੜੀ ਆ ਨਿੰਦਾ ਕਰਦਾਂਗਾ ਔਰ ਇਸ ਮਤੇ ਦੇ ਨਾਲ ਖੜਾਂਗਾ। ਧੰਨਵਾਦ ਜੀ। ਮਾਨਯੋਗ ਮੈਂਬਰ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ, ਬਾਜਵਾ ਜੀ ਹੁਣ ਤੁਸੀਂ ਬੋਲੋਗੇ, ਮੈਂ ਬੇਨਤੀ ਕਰਦਾ ਕਿ ਲੀਡਰ ਆਫ ਦਾ ਹਾਊਸ ਨੇ ਬੜੀ ਵਧੀਆ ਪਹਿਲ ਕੀਤੀ ਸੀ ਕਿ ਇਸ ਸਦਨ ਦੀ ਕਾਰਵਾਈ ਨੂੰ ਲਾਈਵ ਕਰਾਇਆ ਗਿਆ। ਸੋ ਆਪਾਂ ਸਾਰੇ ਆਪਦੀ ਭਾਸ਼ਾ ਦੀ ਮਰਿਆਦਾ ਰੱਖੀਏ, ਸਾਰਾ ਪੰਜਾਬ ਨੂੰ ਆਪਣੇ ਤੋਂ ਬੜੀਆਂ ਵੱਡੀਆਂ ਆਸਾਂ,